ਜੀਵੋ ਉਹ ਆਪਣੀ ਮੰਮੀ ਨੂੰ ਫੋਨ ਕਰ ਲੈ ਯਾਰ, ਮਾਰਕੀਟ ਜਾਂਦੀ ਘੰਟੇ ਦਾ ਕਹਿ ਕੇ, ਚਾਰ ਚਾਰ ਘੰਟੇ ਉੱਥੇ ਹੀ ਰਹਿ ਜਾਂਦੀ ਹੈ। ਉਹ ਆ ਗਈ ਹੈ ਪ੍ਰਧਾਨ ਯਾਰ, ਮਾਰਕੀਟ ਇੱਕ ਘੰਟਾ ਕਹਿ ਕੇ ਜਾਂਦੀ ਹੈ, ਚਾਰ ਚਾਰ ਘੰਟੇ ਆਉਂਦੀ ਨਹੀਂ ਮੁੜ ਕੇ। ਆ ਜਵਾਕ ਦੀਆਂ ਨਿਗਰਾਂ ਬਦਲ ਬਦਲ, ਮੇਰਾ ਤਾਂ ਔਖਾ ਹੋਇਆ ਪਿਆ। ਹਾਏ ਹਾਏ, ਫਿਰ ਕੀ ਹੋ ਗਿਆ? ਜੇ ਇੱਕ ਦਿਨ ਜਵਾਕ ਸਾਂਭ ਲਿਆ ਤਾਂ ਅੱਗੇ ਇੱਕ ਹਫ਼ਤਾ ਮੈਂ ਹੀ ਸਾਂਭਦੀ ਹੈ ਨਾ। ਮਾਰਕੀਟ ਪਤਾ ਮੇਰਾ ਸਮਾਨ ਬਹੁਤ ਖਤਮ ਹੋਇਆ ਪਿਆ ਸੀ ਲੈਣ ਵਾਲਾ, ਫਿਰ ਹੁਣ ਮੈਂ ਕਿਹਾ ਚੱਲ ਲੈ ਕੇ ਜਾਨੀ, ਇੰਨਾ ਟਾਈਮ ਤਾਂ ਲੱਗ ਹੀ ਗਿਆ ਆ। ਚੱਲ ਲੈ ਲਿਆ ਹਮ ਸਾਰਾ ਸਮਾਨ, ਖੁਸ਼ ਆ? ਇੰਨੀ ਖੁਸ਼ ਤਾਂ ਮੈਂ ਆਪਣਾ ਸਮਾਨ ਲੈ ਕੇ ਨਹੀਂ ਹੋਈ, ਜਿੰਨੀ ਖੁਸ਼ ਮੈਂ ਆ ਤੁਹਾਡੇ ਲਈ ਸ਼ਰਟ ਲੈ ਕੇ ਹੋਈ ਆ। ਆ ਦੇਖੋ ਮੇਰੇ ਵਾਸਤੇ ਸ਼ਰਟ। ਉਹ ਹਾਂਜੀ, ਤੁਹਾਡੇ ਲਈ ਸ਼ਰਟ ਲੈ ਕੇ ਆਈ ਆ। ਆ ਦੇਖੋ, ਆ ਦੇਖੋ ਕਿੰਨਾ ਸੋਹਣਾ ਮਿਕਸ ਜਿਹਾ ਰੰਗ ਪਾਇਆ, ਵੀ ਸੋਹਣਾ ਲੱਗੂਗਾ। ਜਦੋਂ ਮਾਰਕੀਟ ਜਾਂਦੇ ਤੁਸੀਂ ਮੈਨੂੰ ਤੇ ਸ਼ਿਵੂ ਨੂੰ ਕੱਪੜੇ ਲੈ ਕੇ ਦੇ ਦਿੰਦੇ ਹੋ, ਆਪਣੇ ਲਈ ਕੁਝ ਲੈਂਦੇ ਹੀ ਨਹੀਂ ਹੋ। ਮੈਂ ਕਿਹਾ ਚੱਲ ਮੈਂ ਤੁਹਾਡੇ ਲਈ ਲੈ ਚਲਦੀ ਹਾਂ। ਦੇਖੋ ਸੋਹਣੀ ਹੈ ਨਾ ਉਹ? ਹਾਂ ਯਾਰ, ਸ਼ਰਟ ਦੇਖਣ ਨੂੰ ਤਾਂ ਘੈਂਟ ਲੱਗ ਰਹੀ ਹੈ, ਫੜਾਈ ਜਰਾ। ਸਹੀ ਹੈ ਯਾਰ, ਸੋਹਣੀ ਹੈ ਸ਼ਰਟ ਤਾਂ। ਉਹ ਮੈਂ ਕਦੇ ਮਾੜੀ ਚੀਜ਼ ਲੈ ਕੇ ਆ ਸਕਦੀ ਹਾਂ, ਤੁਸੀਂ ਸ਼ਰਟ ਪਾ ਕੇ ਦੇਖੋ ਕਿੱਦਾਂ ਦੀ ਲੱਗਦੀ ਹੈ। ਮੈਂ ਨਾ ਦੋ ਕੱਪ ਆਪਣੇ ਲਈ ਚਾਹ ਬਣਾ ਕੇ ਲਿਆਉਣੀ ਆ, ਮੈਂ ਬਹੁਤ ਥੱਕ ਗਈ ਹਾਂ। ਨਾਲੇ ਹਾਂ ਸਾਈਜ਼ ਚੈੱਕ ਕਰ ਲਿਓ, ਠੀਕ ਹੈ? ਬਹੁਤ ਸੋਹਣੀ ਆ, ਪਾ ਕੇ ਦੇਖਣਾ ਕਿੱਦਾਂ ਦੀ ਲੱਗਦੀ। ਹੈਲੋ ਹੈਲੋ, ਹੋਰ ਬਾਈ ਕੀ ਹਾਲ ਚਾਲ ਆ? ਬਸ ਵਧੀਆ ਵਧੀਆ ਵੀਰੇ, ਤੂੰ ਸੁਣਾ? ਬਾਈ ਹਾਲ ਚਾਲ ਤਾਂ ਵਧੀਆ ਆਪਣਾ। ਯਾਰ ਇਹ ਕੰਮ ਸੀਗਾ ਤੇ ਇੰਨਾ ਜ਼ਰੂਰੀ, ਤਾਂ ਫੋਨ ਕੀਤਾ ਹੀ ਤੈਨੂੰ ਮੈਂ। ਜ਼ਰੂਰੀ ਕੰਮ ਬਾਈ ਮੇਰੇ ਨਾਲ? ਹਾਂ ਹਾਂ ਦੱਸ ਕੀ ਹੋ ਗਿਆ, ਠੀਕ ਆ ਸਭ ਕੁਛ? ਯਾਰ ਬਾਈ ਮੈਂ ਨਾ ਰਾਤੀ ਮੁੰਡੇ ਦੀ ਬਰਥਡੇ ਪਾਰਟੀ ਤੇ ਜਾਣਾ ਵਾ, ਤੇ ਮੇਰੇ ਉਹ ਯਾਰ ਕੋਈ ਟੀ ਸ਼ਰਟ ਜਾਂ ਸ਼ਰਟ ਹੈਗੀ, ਮੇਰਾ ਟਾਈਮ ਸਾਰ ਦੇ ਯਾਰ, ਕੱਪੜੇ ਵਾਲੇ ਨਵੇਂ ਲਏ ਨਹੀਂ। ਉਹ ਲੈ, ਇਹ ਤਾਂ ਸੋਨੇ ਦੇ ਸੁਹਾਗਾ ਹੋ ਗਿਆ। ਉਹ ਤੇਰੀ ਭਾਬੀ ਮੇਰੇ ਵਾਸਤੇ ਹੁਣੇ ਨਵੀਂ ਸ਼ਰਟ ਲੈ ਕੇ ਆਈ ਸੀਗੀ। ਚੱਲ ਕੋਈ ਨਹੀਂ, ਤੂੰ ਲੈ ਜਾ ਸ਼ਰਟ ਬਾਈ, ਅੱਜ ਰਾਤੀ ਪਾਰਟੀ ਤੇ ਪਾ ਲਈ, ਨਾਲੇ ਤੇਰੀ ਥੋੜੀ ਟੋਰ ਬਣ ਜੂਗੀ। ਉਹ ਨਹੀਂ ਨਹੀਂ ਬਾਈ, ਨਵੀਂ ਰਹਿਣ ਦੇ, ਕੋਈ ਗੱਲ ਨਹੀਂ, ਮੈਨੂੰ ਪੁਰਾਣੀ ਦੇ ਦੇ ਕੋਈ, ਮੈਂ ਤਾਂ ਟਾਈਮ ਹੀ ਸਾਰਨਾ ਯਾਰ। ਉਹ ਯਾਰ ਕੀ ਨਵੀਂ ਪੁਰਾਣੀ ਕਰੀ ਜਾਂਦਾ, ਤੈਨੂੰ ਜਦ ਮੈਂ ਕਹਿ ਰਿਹਾ ਵਾ ਵੀ ਨਵੀਂ ਸ਼ਰਟ ਆ ਤੂੰ ਪਾ ਜਾ, ਪਾਰਟੀ ਤੇ ਤੇਰੀ ਠੁੱਕ ਬਣ ਜੂਗੀ, ਤੂੰ ਵੀ ਐਵੇਂ ਲੱਗਾ ਹੋਇਆ। ਆ ਜਾ ਘਰੇ ਆ ਕੇ ਲੈ ਜਾ, ਕੋਈ ਚੱਕਰ ਵਾਲੀ ਗੱਲ ਨਹੀਂ। ਚੱਲ ਠੀਕ ਆ ਵੀਰੇ, ਫਿਰ ਧੰਨਵਾਦ ਤੇਰਾ, ਮੈਂ ਆਉਂਦਾ ਫਿਰ, ਮੈਨੂੰ ਫੜਾ ਦੀ ਸ਼ਰਟ। ਹਾਂ ਹਾਂ ਬਾਈ, ਆ ਜਾ ਆ ਜਾ ਘਰੇ ਆ ਕੇ ਲੈ ਜਾ, ਕੋਈ ਚੱਕਰ ਵਾਲੀ ਗੱਲ ਨਹੀਂ। ਸ਼ਰਟ ਦਾ ਕਹਿਣ ਸੀ ਨਾ, ਚੱਲ ਮਿਲਣ ਦੀ ਕਿਸਮਤ ਚ ਲੈ ਗਿਆ, ਉਹ ਪਾ ਲੂਗਾ, ਕੋਈ ਚੱਕਰ ਵਾਲੀ ਗੱਲ ਨਹੀਂ। ਓਹੋ, ਤੂੰ ਇਹਨੇ ਗੁੱਸਾ ਚ ਮੂੰਹ ਕਿਉਂ ਬਣਾਇਆ ਹੋਇਆ? ਬੈਠ ਇੱਥੇ, ਲਿਆ ਚਾਹ ਪੀ ਕੇ। ਚਾਹ ਤਾਂ ਪੀ ਲਓ, ਤੇ ਇਹ ਸ਼ਰਟ ਦੇਣ ਦੀ ਗੱਲ ਕਿਹਨੂੰ ਹੋ ਰਹੀ ਸੀਗੀ? ਓ ਯਾਰ ਮਿਲਣ ਨਹੀਂ, ਮੇਰਾ ਯਾਰ ਦੋਸਤ, ਉਹਨੇ ਰਾਜ ਜਾਣਾ ਸੀ ਕਿਸੇ ਮੁੰਡੇ ਦੀ ਬਰਥਡੇ ਪਾਰਟੀ ਤੇ, ਤੇ ਉਹ ਮੈਨੂੰ ਕਹਿੰਦਾ ਵੀ ਭਾਜੀ ਮੈਨੂੰ ਕੋਈ ਸ਼ਰਟ ਦੇ ਦਿਓ ਜਾਂ ਟੀ ਸ਼ਰਟ ਦੇ ਦਿਓ ਪੁਰਾਣੀ ਆਪਣੀ, ਤਾਂ ਮੈਂ ਕਿਹਾ ਤੇਰੀ ਭਾਬੀ ਮੇਰੇ ਵਾਸਤੇ ਨਵੀਂ ਸ਼ਰਟ ਲੈ ਕੇ ਆਈ ਹੈ, ਤੂੰ ਆਹ ਪਾ ਜਾ, ਨਾਲੇ ਪਾਰਟੀ ਤੇ ਜਾਣਾ ਉਹਨੇ, ਫਿਰ ਕੀ ਹੋ। ਜੇ ਉਹਨੇ ਤੁਹਾਨੂੰ ਕਿਹਾ ਹੀ ਦਿੱਤਾ ਵੀ ਪੁਰਾਣੀ ਦੇ ਦਿਓ ਤੇ ਪੁਰਾਣੀ ਦੇ ਦਿੰਦੇ, ਜ਼ਰੂਰੀ ਤੁਸੀਂ ਵੀ ਹੁਣ ਜਾ ਕੇ ਨਵੇਂ ਨਵੇਂ ਕੱਪੜੇ ਦਿੰਦੇ ਰਹਿੰਦੇ ਹੋ। ਉਹ ਚੱਲ ਫੇਰ ਕਿਹੜੀ ਗੱਲ ਹੋ ਗਈ ਯਾਰ, ਤੁਸੀਂ ਗਰਮ ਹੋਈ ਫਿਰਦੀ ਆ, ਚਾਹ ਪੀ। ਯਾਰ ਮੈਂ ਤੁਹਾਡੇ ਲਈ ਨਵਾਂ ਕੋਈ ਕੱਪੜਾ ਲੈ ਗਿਆ ਨਹੀਂ, ਤੁਸੀਂ ਚੱਕ ਕੇ ਪਤਾ ਨਹੀਂ ਕਿਹਨੂੰ ਕਿਹਨੂੰ ਦੇ ਦਿੰਦੇ ਹੋ। ਓਏ ਉਹਨੇ ਕਿਹੜਾ ਪੱਕਾ ਰੱਖ ਲੈਣਾ, ਉਹਨੇ ਰਾਤ ਪਾਰਟੀ ਲੰਘਾਣੀ ਹੈ, ਲੰਘਾ ਕੇ ਕੱਲ੍ਹ ਮੋੜ ਜੂਗਾ, ਕੱਲ੍ਹ ਫੇਰ ਮੈਂ ਪਾ ਲਾਂਗਾ, ਨਾਲੇ ਮੈਂ ਪਾ ਕੇ ਸਾਇਜ਼ ਸੂਜ਼ ਚੈੱਕ ਕੀਤਾ, ਸਭ ਠੀਕ ਹੈ, ਕੋਈ ਗੱਲ ਨਹੀਂ, ਉਹਨੂੰ ਪਾ ਦਿੰਦੇ। ਅਗਲੇ ਸ਼ਰਟਾਂ ਮੰਗਦੇ ਆ, ਸ਼ਰਟਾਂ ਦੇ ਦਿੰਦੇ, ਟੀ ਸ਼ਰਟ ਮੰਗਦੇ, ਟੀ ਸ਼ਰਟ ਦੇ ਦਿੰਦੇ, ਅੱਗੇ ਤਾਂ ਚਲੋ ਪੁਰਾਣੇ ਦਿੰਦੇ ਸੀਗੇ, ਹੁਣ ਜਿਹੜਾ ਨਵਾਂ ਕੱਪੜਾ ਆਉਂਦਾ ਨਾ ਜੀ ਤੁਸੀਂ ਵੰਡਨੇ ਸ਼ੁਰੂ ਕਰ ਦਿੱਤੇ ਹੋਏ ਆ, ਤੇ ਉਹ ਜੇ ਉਹ ਵੀ ਸ਼ਰਮ ਵਾਪਸ ਮੋੜਨੇ ਨਹੀਂ, ਦਿਲ ਕੀਤਾ ਤਾਂ ਮਹੀਨੇ ਚ ਮੋੜ ਦਿੰਦੇ, ਦਿਲ ਨਹੀਂ ਕੀਤਾ ਤੇ ਪਤਾ ਹੀ ਨਹੀਂ ਮੋੜਨੇ ਕਿ ਨਹੀਂ ਮੋੜਨੇ। ਚੱਲ ਹੈਗਾ ਤਾਂ ਤੇਰੀ ਭੈਣ ਵਾਲਾ ਹਿਸਾਬ ਹੀ ਆ ਫਿਰ ਉਹਨਾਂ ਦਾ ਵੀ। ਮੇਰੀ ਭੈਣ ਵਾਲਾ ਹਿਸਾਬ ਕਿੱਦਾਂ, ਮਤਲਬ ਮੈਂ ਸਮਝੀ ਨਹੀਂ। ਉਹ ਆਹੋ ਤੇਰੀ ਭੈਣ ਵਾਲਾ ਹਿਸਾਬ, ਤੈਨੂੰ ਯਾਦ ਨਹੀਂ ਮੈਂ ਤੇਰੇ ਵਾਸਤੇ ਇੱਕ ਦਿਨ ਟੋਪ ਲੈ ਕੇ ਆਇਆ ਸੀਗਾ, ਤੇ ਤੂੰ ਬਰਥਡੇ ਤੇ ਆਪਣੀ ਭੈਣ ਨੂੰ ਗਿਫਟ ਕਰਤਾ ਸੀਗਾ। ਚੱਲ ਉਹ ਵੀ ਕੋਈ ਗੱਲ ਨਹੀਂ, ਵਿੱਚ ਜੇ ਤੇਰੀ ਭੈਣ ਦੇ ਦੋ ਤਿੰਨ ਵਾਰ ਫੋਨ ਆਏ ਨੇ ਕਿ ਮੈਨੂੰ ਕੋਈ ਸੂਟ ਦੇ ਦੇ ਪਾਉਣ ਵਾਸਤੇ, ਮੈਂ ਇੱਧਰ ਜਾਣਾ ਤੇ ਮੈਂ ਉੱਧਰ ਜਾਣਾ, ਮੈਂ ਬਾਅਦ 'ਚੋਂ ਮੋੜ ਦਾਂਗੀ, ਉਹ ਕਿੰਨੇ ਕੁ ਸੂਟ ਮੋੜ ਗਈ ਤੇਰੇ, ਮੈਨੂੰ ਇਹ ਦੱਸੀ ਜਰਾ। ਯਾਰ ਮੇਰੀ ਛੋਟੀ ਸਗੀ ਭੈਣ, ਜੇ ਉਹਨੇ ਕੱਪੜਾ ਮੰਗੇ ਵਾਪਸ ਵੀ ਨਹੀਂ ਕੀਤਾ ਤੇ ਫਿਰ ਕੀ ਹੋ ਗਿਆ, ਤੇ ਮੈਂ ਉਹਦੇ ਕੋਲ ਕੱਪੜਾ ਇਦਾਂ ਮੰਗਦੀ ਚੰਗੀ ਲੱਗਦੀ ਆ? ਨਾਲੇ ਤੁਹਾਡੀ ਹਿੰਮਤ ਕਿੱਦਾਂ ਆਈ, ਤੁਸੀਂ ਮੇਰੀ ਛੋਟੀ ਭੈਣ ਨੂੰ ਆਪਣੇ ਦੋਸਤਾਂ ਨਾਲ ਕੰਪੈਰੀਜ਼ਨ ਕਰਦੇ ਪਏ ਹੋ।
मैडम मेरा कहना कोई भरा हैगा, कोई मेरा छोटा भरा बनया तो कोई वड्डा बनया, जो उन्होंने मेरे कोई कपड़ा मंग भी लिया मैं भी तो उन्होंने अपना भरा समझ के ही दिना वा, जिदा तू अपनी भैन भैन समझ के दिनी है। देख राधिका ये छोटिया छोटिया गलां सानू लड़ना नहीं चाहिए, भी तू अपनी भैन की देता तू अपने दोस्त नू की देता, यार इग्नोर मारिया कर आ चीजा, सगो रब का शुक्र करा कर कि सानू देने वाले च रखिया मंगण वाले च नहीं रखिया। हाँ जी गल तो तुहाडी सही है। होर क्या आ भी गल वधिया है, तू गर्म होई जा चाह तेरी ठंडी होई जांदी है, जा इहनू गर्म कर लिया। ले लगदा मिलन आ गया, मैं उहनू शर्ट दे आवा तू चाह गर्म कर लिया। एक मिनट आ लो लिफाफा इहदे च पा के। चल ठीक। जिंदा दिल जिंदगी आ पूरी चिल जिंदगी आ मसा मसा तैनू है।